narsada mundato narsada. ਹਾਂਜੀ ਗਾਇਸ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀੜਾ ਸਾਰੇ. ਅੱਜ ਸਾਡਾ ਹੈਗਾ ਜੀ ਦੁਬਈ ਦੇ ਵਿੱਚ ਪੰਜਵਾਂ ਦਿਨ, ਤੇ ਅੱਜ ਅਸੀਂ ਫਾਈਨਲੀ ਪਲਾਨ ਬਣਾ ਲਿਆ ਹੋਇਆ ਵਾਟਰ ਪਾਰਕ ਜਾਣ ਦਾ. ਵੈਲਕਮ ਬੈਕ ਟੂ ਚੈਨਲ ਗਾਇਸ, ਆਈ ਹੋਪ ਤੁਸੀਂ ਸਾਰੇ ਘੈਂਟ ਹੋ. ਅਸੀਂ ਜਾ ਰਹੇ ਹਾਂ ਜੀ ਵਰਲਡ ਦੀ ਲਾਰਜੈਸਟ ਵਾਟਰ ਪਾਰਕ, ਜਿਹੜੀ ਕਿ ਅਟਲਾਂਟਿਸ ਹੋਟਲ ਦੇ ਬਿਲਕੁਲ ਨਾਲ ਆ. ਇਸ ਟਾਈਮ ਅਸੀਂ ਪੈਟਰੋਲ ਪੰਪ 'ਤੇ ਖੜ੍ਹੇ ਹਾਂ ਅਤੇ ਕਰਨ ਬਾਈ ਪਾਣੀ ਪੁਣੀ ਲੈਣ ਗਿਆ ਹੋਇਆ. ਅੱਜ ਤਾਂ ਮੈਂ ਵੈਸੇ ਰੈਡੀ ਸ਼ੈਡੀ ਹੋਇਆ ਸੀ, ਪਾਗੂ ਬੰਨੀ, ਮੈਂ ਕਿਤੇ ਕੋਈ ਲੋਕੇਸ਼ਨ 'ਤੇ ਘੁੰਮਦੇ ਘੁੰਮਦੇ ਹਾਂ, ਫੋਟੋਜ਼ ਵਗੈਰਾ ਖਿੱਚਦੇ ਹਾਂ, ਪਰ ਸਡਨਲੀ ਪਲਾਨ ਬਣ ਗਿਆ ਵਾਟਰ ਪਾਰਕ ਦਾ. ਹੁਣ ਜਾ ਕੇ ਦੇਖਦੇ ਕੀ ਸੀ ਨਾ, ਅਤੇ ਟਾਈਮ ਹੋ ਗਿਆ ਜੀ, ਦੇਖੋ 2:30 ਹੋ ਗਏ ਆ, ਅਤੇ 3 ਵਜੇ ਤੱਕ ਆਪਾਂ ਵਾਟਰ ਪਾਰਕ ਪਹੁੰਚਣਾ ਵਾ. ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ, ਕਿਉਂਕਿ 6 ਵਜੇ ਬੰਦ ਹੋ ਜਾਂਦੀ ਹੈ. 2-3 ਘੰਟੇ ਦਾ ਉੱਥੇ ਆਪਾਂ ਫੰਕਸ਼ਨ ਕਰਾਂਗੇ, ਅਤੇ ਤੁਹਾਨੂੰ ਵੀ ਦਿਖਾਵਾਂਗੇ ਕੀ ਮਾਹੌਲ ਚੱਲ ਰਿਹਾ. ਸ਼ੋਪਿੰਗ ਕਰ ਲਈ ਹੋਈ ਉੱਥੇ ਨਾ, ਕੱਪੜੇ ਪੋਲੀਐਸਟਰ ਕੱਪੜੇ ਲੈ ਕੇ ਜਾਣੇ ਪੈਂਦੇ ਆ, ਸੋ ਉਹੀ ਅਲਾਊਡ ਆ. ਦੂਜੇ ਕੱਪੜੇ ਤੁਸੀਂ ਪਾਣੇ ਸਕਦੇ ਜਾਂ ਫਿਰ ਉੱਥੋਂ ਬਾਏ ਕਰਨੇ ਪੈਂਦੇ, ਜੇ ਤੁਸੀਂ ਆਪਣੇ ਲੈ ਕੇ ਆਓ. ਸੋ ਕੈਬ ਵੀ ਬਾਏ ਕਰ ਲਈ ਹੋਈ ਆ ਅਤੇ ਕੱਪੜੇ ਬਾਏ ਕਰ ਲਏ ਹੋਏ ਆ, ਅਤੇ ਹੁਣ ਚੱਲਦੇ ਹਾਂ. ਸਾਹਮਣੇ ਅਟਲਾਂਟਿਸ ਹੋਟਲ ਆ, ਅਤੇ ਥੱਲਿਓਂ ਟਨਲ ਲਈ ਜਾਵਾਂਗੇ. ਇਹ ਟਨਲ ਪਾਣੀ ਦੇ ਵਿੱਚ ਬਣੀ ਹੋਈ ਆ, ਮਤਲਬ ਇਹਦੇ ਉੱਪਰ ਪਾਣੀ ਆ ਅਤੇ ਥੱਲਿਓਂ ਟਨਲ ਜਾਂਦੀ ਆ. ਆਵਾਜ਼ ਚੈੱਕ ਕਰੀਏ, ਕਰੀਏ ਗੱਡੀ ਚੈੱਕ, ਚੈੱਕ ਕਰਨ ਬਾਈ ਨਹੀਂ ਟਾਲਦਾ. ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ ਜੀ, ਅਤੇ ਪਿੱਛੇ ਜੀ ਅਟਲਾਂਟਿਸ ਹੋਟਲ, ਅਤੇ ਅਸੀਂ ਆਏ ਹਾਂ ਜੀ ਐਕੁਆ ਵੈਂਚਰ ਵਾਟਰ ਪਾਰਕ, ਦੁਨੀਆ ਦੀ ਲਾਰਜੈਸਟ ਵਾਟਰ ਪਾਰਕ ਆ. ਉੱਧਰ ਸਾਹਮਣੇ ਐਟਲਾਂਟਿਸ ਹੋਟਲ ਦਾ ਹੈਲੀਪੈਡ ਵੀ ਆ, ਅਤੇ ਬਸ ਹੁਣ ਆਪਾਂ ਸਮਾਨ ਵਗੈਰਾ ਰੈਡੀ ਕਰ ਰਹੇ ਹਾਂ. ਇੱਧਰ ਗੋਪਰੋ ਮਾਊਂਟ ਵਗੈਰਾ ਤਿਆਰ ਨੇ, ਮੱਥੇ 'ਤੇ ਲਾਏ ਜਾਣਗੇ ਅੱਜ. ਮੋਬਾਈਲ ਲੈ ਕੇ ਜਾਣ ਦੇਣਗੇ ਭਾਅ ਜੀ? ਮੋਬਾਈਲ ਜਾਊਗਾ, ਮੋਬਾਈਲ ਜਾਊਗਾ ਨਾ ਅੰਦਰ, ਕੋਈ ਚੱਕਰ ਨਹੀਂ, ਜਾਣ ਦਿੰਦੇ. ਬਸ ਠੀਕ ਹੈਗੇ, ਆਪਣੇ ਕੋਲ ਗੋਪਰੋ ਵੀ ਹੈਗਾ ਵਾ, ਆਈਫੋਨ ਵੀ ਹੈਗਾ, ਮੋਬਾਈਲ ਤਾਂ ਹੈ ਹੀ ਆ. ਕਿੱਥੇ? ਧੁੱਪ ਬੜੀ ਹੋਈ ਯਾਰ, 3 ਵੱਜ ਗਏ. ਸੋ ਇਹ ਬੱਸ ਹੁਣ ਸਾਨੂੰ ਵਾਟਰ ਪਾਰਕ ਲੈ ਕੇ ਜਾਊਗੀ. ਥੈਂਕ ਯੂ ਬੋਸ. ਐਂਟਰੀ ਬੈਂਡ ਕਲੀਅਰ ਕਰਾਤੇ ਹੋਏ ਆ. ਇਹ ਹੈਗਾ ਜੀ ਟਿਕਟ ਕਾਊਂਟਰ, ਇੱਥੋਂ ਟਿਕਟ ਮਿਲਦੀ ਹੈ ਵਿਜ਼ਿਟਰ ਲਈ 400 ਦਰਾਮ ਦੀ, ਇੰਡੀਆ ਦੇ 8000, ਪਰ ਜਿਹੜੀ ਮੈਨੂੰ ਟਿਕਟ ਮਿਲੀ ਆ ਉਹ ਮਿਲੀ ਹੈ 60 ਦਰਾਮ, ਸਿਰਫ 60 ਦਰਾਮ ਦੀ. ਅਤੇ 2 ਬੰਦੇ ਸਾਡੇ ਲੇਟ ਹੋ ਗਏ ਸੀ, ਅਤੇ 4 ਬੰਦਿਆਂ ਨੂੰ ਟਿਕਟ ਮਿਲੀ ਆ 60-60 ਦਰਾਮ ਦੀ. ਉਹ ਡਾਕੂ ਵੀਰੇ ਦਾ ਕੋਈ ਹੈਗਾ ਸੀ ਵਾਕਫ, ਤਾਂ ਕਰਕੇ ਸਾਨੂੰ 60-60 ਦਰਾਮ ਦੀ ਮਿਲੀ ਆ, ਨਹੀਂ ਤਾਂ ਉਹੀ ਟਿਕਟ ਸੇਮ ਸਾਨੂੰ ਮਿਲਣੀ ਸੀ 390 ਪਰ ਅਭਿਨਵ ਬਾਈ ਨੂੰ 280 ਦੀ ਮਿਲੀ ਆ. ਥੋੜੇ ਹੈਵੀ ਨੇ, ਹੈਵੀ ਉਹ ਦੇਖ ਲਿਆ ਕਿ ਬੱਚਿਆਂ ਦੀਆਂ ਟਿਕਟਾਂ ਉਹ ਬੜੇ, ਉਹ ਡਬਲ ਆ, ਉਹ ਵੇਟ ਦੇ ਸਾਹਮਣੇ ਲੱਗੀ ਉਹਨਾਂ ਦੀ ਸਿੰਗਲ ਡਬਲ. ਐਮੀਰੇਟਸ ਆਈਡੀ ਤੇ ਫਿਰ ਵੀ ਡਿਸਕਾਊਂਟ ਮਿਲ ਗਿਆ, ਜੇ ਵਿਜ਼ਿਟਰ ਆ ਉਹਨੂੰ 400 ਦਰਾਮ ਦੀ ਹੀ ਪੈਣੀ ਆ, ਸੋ ਸਾਨੂੰ ਤਾਂ ਮਿਲੀ ਹੈ 60 ਦਰਾਮ ਦੀ. ਹੁਣ ਜਾ ਕੇ ਤੁਹਾਨੂੰ ਪੂਰੀ ਵਾਟਰ ਪਾਰਕ ਦਿਖਾਉਂਦੇ ਹਾਂ. ਇਹ ਵਰਲਡ ਦੀ ਲਾਰਜੈਸਟ ਵਾਟਰ ਪਾਰਕ ਆ. ਓਕੇ, ਯਾ ਵੀ ਕੈਨ ਗੋ ਨਾਈਸ ਸਕੈਨ ਦਿਸ ਆਨ. ਅਭਿਨਵ ਬਾਈ ਕੋਈ ਚੱਕਰ ਨਹੀਂ ਯਾਰ, ਕੋਈ ਨਹੀਂ ਯਾਰ, ਇੰਨਾ ਪੈਸਾ ਕਿੱਥੇ ਲੈ ਕੇ ਜਾਣਾ ਵਾ? ਕੋਈ ਨਹੀਂ ਮਰਹਿਮ ਬਾਈ, ਕੋਈ ਗੱਲ ਨਹੀਂ ਯਾਰ, 280 ਦਰਾਮ ਹੀ ਯਾਰ.
ਕੀ ਹੋ ਗਿਆ ਜਿਹੜਾ ਜਿਹੜਾ ਆਪਾਂ ਕੱਲ ਜਿਹੜਾ ਡਿਸਕਾਊਂਟ ਲਿਆ ਨਾ ਚਾਈਨਾ ਮੋਲ ਚ ਉਹ ਸਾਰਾ ਇੱਥੇ ਪੂਰਾ ਹੋ ਗਿਆ ਜ਼ਿੰਦਗੀ ਬਰਬਾਦ ਵਾਟਰ ਪਾਰਕ ਚ ਜਾਣ ਲਈ ਬਿਲਕੁਲ ਰੈਡੀ ਹੋ ਚੁੱਕੇ ਹਾਂ ਜੀ ਆਹ ਕੈਪ ਵੀ ਪਾ ਲਈ ਹੋਈ ਆ ਜਿਹਦੇ ਨਾਲ ਵਾਲ ਗਿੱਲਣੀ ਹੋਣਗੇ ਰੈਡੀ ਅੱਜ ਐਨਕ ਲਾ ਸਕਦੇ ਪੂਰੇ 200 ਦਰਾਮ ਕਿਵੇਂ ਲੱਗ ਰਹੀ ਆ ਪੂਰੇ 200 ਦਰਾਮ ਦੀ ਆ ਕੈਂਟ ਲੱਗ ਰਹੀ ਆ ਕੈਂਟ ਆਪਾਂ ਜੀ ਪੂਰੇ 400 ਦਰਾਮ ਦੀ ਆ ਮੁੱਲ ਵਧ ਗਿਆ ਕਹਿਣ ਤੋਂ ਤੇ ਆਪਾਂ ਨਾਲ ਗੋਪਰੋ ਵੀ ਰੱਖ ਲਿਆ ਹੋਇਆ ਜੀ ਆਹ ਦੇਖੋ ਬਸ ਡਿੱਗੇ ਨਾ ਤੇ ਹੁਣ ਤੁਹਾਨੂੰ ਅੱਗੇ ਮੋਲ ਚੱਲ ਦਿਖਾਉਂਦੇ ਆ ਕੈਸੀ ਲੱਗ ਰਹੀ ਆ ਅੱਜ ਭਈਆ ਜੀ ਐਲੀਜੀਬਲ ਲਈ ਆ ਪੈਨੇ ਕੇ ਲਈ ਇੱਕਦਮ ਅੱਜ ਜਿਹੜੀ ਮਰਜ਼ੀ ਐਨਕ ਚੱਲੂਗੀ ਅਭਿਨਵ ਭਾਈ ਆਓ ਕੀ ਹੁਆ ਬਾਕੀ ਆਪਣੇ ਗੁਆਂਢੀ ਸਵਾ ਟਿਊਬ ਤੇ ਬੈਠ ਗਏ ਹੋਏ ਆ ਜੀ ਪਾਣੀ ਦੇ ਵਿੱਚ ਟਿਊਬ ਲੈ ਕੇ ਬਹਿ ਜਾਓ ਆਪੇ ਚੱਲਦੀ ਰਹਿੰਦੀਆਂ ਨੇ ਕਿੱਧਰ ਕਿੱਧਰ ਬੜੀ ਵਧੀਆ ਚੀਜ਼ ਯਾਰ ਆਪੇ ਜਾਊਗੀ ਦੇਖੀ ਹੁਣੇ ਮਜ਼ਾ ਆ ਰਿਹਾ ਹਾਲੇ ਤਾਂ ਸਟਾਰਟਿੰਗ ਆ ਹਾਲੇ ਬਹੁਤ ਕੁਛ ਪਿਆ ਵਾ ਆਜੋ ਆਜੋ ਹੁਣ ਟਨਲ ਦੇ ਵਿੱਚੋਂ ਦੀ ਜਾ ਰਹੇ ਹਾਂ ਵਧੀਆ ਚੀਜ਼ ਆ ਯਾਰ ਇੱਥੇ ਯਾਰ ਆਰਾਮ ਨਾਲ ਬੈਠ ਕੇ ਚੱਲਦੀ ਜਾਊਗੀ ਆਪੇ Both side, tight. Okay. This one also. I don't want you to flip. If I hear a whistle, you are in trouble. Okay. Oh, yeah. Oh, ਜ਼ਬਰਦਸਤ ਚੀਜ਼ ਹੀ ਯਾਰ ਸਿਰਾ ਫਿਰ ਇੱਥੇ ਆ ਕੇ ਪਾਣੀ ਥੋੜ੍ਹਾ ਸ਼ਾਂਤ ਹੋ ਜਾਂਦਾ ਵਾ ਫਿਰ ਅੱਗੇ ਉਹੀ ਹੈ ਸ਼ਾਇਦ ਸੋ ਉਹ ਟਨਲ ਦੇ ਅੰਦਰ ਦੀ ਫੋਨ ਅਲਾਊਡ ਨਹੀਂ ਤਾਂ ਕਰਕੇ ਆਪਾਂ ਇੱਧਰੋਂ ਦੀ ਆਏ ਹਾਂ ਹੁਣ ਟਿਊਬ ਵਾਲਾ ਖਤਮ ਕਰੀਏ ਸਲਾਈਡ ਦਿੰਦੇ ਹਾਂ ਕੋਈ ਖਤਰਨਾਕ ਜੀ ਸਲਾਈਡ ਹੋਏ ਬਾਕੀ ਇਹ ਵੀ ਵਧੀਆ ਸੀ ਯਾਰ ਟਿਊਬ 'ਚ ਬੈਠ ਜਾਓ ਅਤੇ ਘੁੰਮੀ ਜਾਓ ਬਸ ਨਜ਼ਾਰੇਦਾਰ ਜੀ ਇੱਥੋਂ ਆ ਦੇਖੋ ਉੱਧਰ ਸਾਰਾ ਸਮੁੰਦਰੀ ਸਮੁੰਦਰ ਅਤੇ ਉੱਧਰ ਐਟਲਾਂਟਿਸ ਹੋਟਲ ਇੱਧਰ ਵਾਟਰ ਪਾਰਕ ਦੇ ਨਾਲ ਬੀਚ ਵੀ ਹੈਗਾ ਜੀ ਇਹਨਾਂ ਦਾ ਹਾਂ ਦੇਖਿਓ ਅਤੇ ਹੁਣ ਆਪਾਂ ਚੱਲੇ ਜੀ ਉਹ ਉੱਧਰਲੀ ਸਾਈਡ ਉਹ ਉੱਪਰ ਸਭ ਤੋਂ ਵੱਡੀ ਵਾਲੀ ਸਲਾਈਡ 'ਚ ਉੱਪਰ ਚੱਲੋ ਯਾਰ ਉਹ ਯਾਰ ਇੰਨਾ ਕੁ ਗਰਮ ਆ ਨਾ ਪੈਰ ਸੜ ਰਹੇ ਆ ਹੁਣ ਆਪਾਂ ਘਾਹ 'ਤੇ ਤੁਰ ਰਹੇ ਹਾਂ ਚਲੋ ਹੁਣ ਆਪਾਂ ਜੈਕਟ ਪਾ ਲਈ ਹੋਈ ਹੈ ਜੀ ਪਾ ਰਹੇ ਹਾਂ ਹਾਲੇ ਹੁਣ ਪਾ ਲਈ ਇਸ ਕੋ ਖੋਲੋ
ਤੇ ਹੁਣ ਜਾਵਾਂਗੇ ਆਪਾਂ ਇਹਦੇ ਵਿੱਚ ਠੀਕ ਆ ਮੇਰੇ ਕੋਲ ਤਾਂ ਫੁੱਲ ਟਾਈਟ ਹੈ ਚਲੋ ਅਬ ਮੈਂ ਨਹੀਂ ਲੂਟ ਆ ਗਏ ਫੋਲੋ ਮੀ ਚਲੋ ਯਾਰਾ ਬੜਾ ਪੰਗਾ ਓਕੇ ਜੇਬ ਚ ਪਾਉਣਾ ਪੈਣਾ ਫੋਨ ਯਾਰ ਤੇ ਹੁਣ ਅਸੀਂ ਚੱਲੇ ਹਾਂ ਜੀ ਹਰੀ ਭਰੀ ਸਲਾਈਡ ਤੇ हुण आपां चलदे आं जी उह सामने आ वाली स्लाइड ते उपरों फिर उह थल्ले डबल वाली अभिनव टोटली डर चुका यार अभिनव भाई बासन बासन हाँ क्या है हो जाऊगा हाँ तो फिर क्या हुआ यार यार एक बंदा साडा डर गया वा पर असी डरन वाले नहीं आ लेके आवांगे यार आ राइड तां मजा आऊगा इधर ही जाना हुण साडे नाल बड़ी उपर चढ़ना पैना ओ उपर जाना पैना यार ओ देखियो सात अठ मंजिला उपर जाना पैना वा किधर जाना आप इधर जाना शोक वेव यार इजी वाली कौन सी जाएंगे वो ऑरेंज वाली जा रहे हैं ऑरेंज वाली नहीं थोड़ी देर में आ जाएंगे आ देख लो आ वाली वाटर पार्क कितनी बड़ी है यार उधर स्टार्ट होती है आ देख लो आगे तक हैगी हुण आपां पहला आ राइड ते जाना ही इर ते हुण अगली बार जावांगे पहला चले आपां ब्लू वाली ते उधर बंदे साडे थोड़े डरदे आ चलो कोई नहीं आप नहीं डरते कोई चक्कर नहीं है सुपरों जंप मारी मैंने लगा घट डूंगा होगा पर बहुत ज्यादा डूंगा यार मेरे हाथ तो गोपरे छुट गया हूँ लैन जा रहे बाकी जेडे दो सी नाल वो भज गए थैंक यू खतरनाक जंप ही पर मजा आया मैंने थोड़ी बहुत स्विमिंग आती ज्यादा नहीं आती एक ही मैं बाहर आ गया तैर के बाहर आ गया मैं तो लग गया नहीं आ अच्छा रह गए और नहीं नहीं यार इतनी कितना आती पर मतलब परफेक्ट नहीं आती गुजारे जोगी आती है वो कितने गए हो आ जा आ जा कम डूब गया डूब गया डूब गया Oh
ओए करंट डूब गया। ओए मेरा भी सेम। अरे वो बोले जाओ उसको कीड़ा खजाने के तू मैंने देखा ओए मच्छी बन गया तू मैंने देखा ही बुरा हाल है। भाई पहला जरूर तेन स्विमिंग नहीं आती फिर क्या क्यों पंप आ जाके बंदे नू पंप मरा जांदे आ सिखो बंदे नू पंप च नहीं होना चाहिए ठीक जे भाई कुछ नहीं दिखिया उपर आ गया सी ना आपे ब्लैकआउट हो गया ही आपे उपर आया सी किसने खिंचया सी आपे वॉटर पार्क बंद हो चुका जी 6 बज गए आ वॉटर पार्क बंद हो चुकी है शाम 6 बजे बंद हो जाती है सारी वॉटर एक्टिविटीज यार किसी नूं पता लगा ए सानू पता या तुहानू पता कई होर नूं नहीं पता हां ए वी सही है। सो हुण वॉटर पार्क तों निकल के बाहरली साइड जा रहे हां जिथों सानू बस पिक करूगी ते साडी जिथे गड्डी पाक आ उथे छड्ड जाऊगी काफी मजा आया यार हैं फीलिंग बहुत मजेदार यार 10 साल दा नहाउण दा कोटा ही पूरा हो गया सही।